नहीं बेटा, एकांकी में तुम समझ आती थी ना सृजना, आज अपन रीडिंग स्टार्ट करेंगे, ठीक है। थोड़ा टेस्ट भी है, ठीक है। एकांकी सृजना ने वन मार्क्स क्वेश्चन ते सेकंड टॉपिक है थोड़ा विस्मिक। विस्मिक का अपन पीटी 2 ਦੇ ਵਿੱਚ ਕੀਤਾ ਹੈ, ਠੀਕ ਹੈ। विस्मिक ਦਾ ਟੈਸਟ ਹੈ ਤੇ ਸਿਜਨਾ ਹੀ ਕਾਂਗੀ ਰੈਸਪੀ ਇਸ ਵੀਕ ਕਿਆ ਮੈਂ ਇਕਾਂਗੀ ਸਿਜਨਾ ਕਿਹਦੀ ਲਿਖੀ ਹੋਈ ਹੈ ਪਾਲੀ ਭੁਪਿੰਦਰ ਦੀ। ਇਸ ਇਕਾਂਗੀ ਦੇ ਵਿੱਚ ਕਿਹੜੇ ਕਿਹੜੇ ਪਾਤਰ ਹੈ? ਇੱਕ ਹੈ ਸਿਜਨਾ, ਸੈਕਿੰਡ ਹੈ ਕੁਲਦੀਪ ਉਹਦਾ ਪਤੀ, ਥਰਡ ਹੈ ਬੀਜੀ ਸਿਜਨਾ ਦੀ ਸੱਸ, ਫੋਰਥ ਹੈ ਡਾਕਟਰ, ਦੈਨ ਫਿਫਥ ਹੈ ਦੋ ਨਰਸਾਂ, ਸਿਕਸਥ ਹੈ ਮਾਸੀ ਜੋ ਸਫਾਈ ਕਰਮਚਾਰੀ ਹੈ। ਇਹਨਾਂ ਦੁਆਲੇ, ਇਹਨਾਂ ਪਾਤਰਾਂ ਦੇ ਦੁਆਲੇ ਸਾਰੀ ਕਾਂਗੀ ਘੁੰਮਦੀ ਹੈ। ਮੇਨ ਜਿਹੜੀ ਕਾਂਗੀ ਹੈ ਉਹ ਸਿਜਨਾ ਤੇ ਉਹਦੀ ਸੱਸ ਦੇ ਦੁਆਲੇ ਘੁੰਮ ਰਹੀ ਹੈ। ਇਹ ਕਾਂਗੀ ਭਰੂਣ ਹੱਤਿਆ ਦੇ ਖਿਲਾਫ ਲਿਖੀ ਗਈ ਹੈ। ਭਾਵੇਂ ਜਿਸ ਤਰ੍ਹਾਂ ਸਮਾਜ ਦੇ ਵਿੱਚ ਲੜਕੀਆਂ ਨੂੰ ਜੀਣ ਦਾ ਹੱਕ ਹੈ, ਉਸੇ ਤਰ੍ਹਾਂ ਲੜਕੀਆਂ ਨੂੰ ਵੀ ਜੀਣ ਦਾ ਪੂਰਾ ਹੱਕ ਹੈ, ਇਸ ਦੁਨੀਆ ਦੇ ਵਿੱਚ ਆਉਣ ਦਾ ਹੱਕ ਹੈ। ਅੱਜ ਲੜਕੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹਨ, ਪੜ੍ਹਨ ਲਿਖਣ ਦੇ ਕਰਕੇ ਅੱਜ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹਨ। ਕਿ ਇਸ ਇਕਾਂਗੀ ਦੇ ਸਾਨੂੰ ਦੱਸਿਆ ਗਿਆ ਕਿ ਸਾਨੂੰ ਕੁੜੀ ਤੇ ਮੁੰਡੇ ਵਿੱਚ ਜਿਹੜਾ ਫਰਕ ਹੈ ਮਿਟਾ ਦੇਣਾ ਚਾਹੀਦਾ ਹੈ। ਕਿ ਕਾਂਗੀ ਰੀਡ ਕਰਾਂਗੇ ਨਾਲ ਨਾਲ ਬੇਟਾ, ਇਹਦੇ ਵਨ ਮਾਸ ਕੁਐਸਚਨ ਤੁਸੀਂ ਅੰਡਰਲਾਈਨ ਕਰਨੇ, ਮੈਂ ਲੱਗ ਤੋਂ ਨਹੀਂ ਲਿਖਵਾਣੇ। ਆਪਣੀ ਬੁੱਕ ਤੇ ਚਾਹੇ ਰਫ ਨੋਟਬੁੱਕ ਤੇ ਨਾਲ ਨਾਲ ਹੀ ਅੰਡਰਲਾਈਨ ਕਰੀਆਂ ਨੇ ਕੁਐਸਚਨ, ਰਫ ਨੋਟਬੁੱਕ ਤੇ ਲਿਖਦੇ ਜਾਓ। ਇਹ ਕਾਂਗੀ ਸਟਾਰਟ ਹੁੰਦੀ ਹੈ ਬੇਟਾ, ਇਹ ਕਾਂਗੀ ਦੇ ਸ਼ੁਰੂ ਦੇ ਵਿੱਚ ਇੱਕ ਜਿਹੜਾ ਸਟੇਜ ਹੈ ਉਹ ਕਿਹੜੀ ਸਟੇਜ ਹੈ? ਕਲੀਨਿਕ ਦੀ ਸਟੇਜ ਹੈ। ਸਟੇਜ ਕਿਹੜੀ ਹੈ? ਉਹ ਕਲੀਨਿਕ ਦੀ ਹੈ, ਠੀਕ ਹੈ। ਕਲੀਨਿਕ ਬਣਿਆ ਹੋਇਆ ਜਿਹਦੇ ਵੀ ਸਟਾਰਟਿੰਗ ਦੇ ਵਿੱਚ ਹੀ ਬਿਲਕੁਲ ਮੈਂ ਬਿਠਾ ਲਈ ਨਹੀਂ ਕਿਉਂਕਿ ਨਹੀਂ ਤੇ ਇਕਾਂਗੀ ਦੇ ਸਟਾਰਟਿੰਗ ਦੇ ਵਿੱਚ ਹੀ ਇਹ ਸਫਾਈ ਕਰਮਚਾਰਿਕਾ ਹੈ, ਉਹ ਸਫਾਈ ਕਰ ਰਹੀ ਹੈ, ਠੀਕ ਹੈ। ਪਹਿਲਾਂ ਤੁਹਾਨੂੰ ਸਾਰੇ ਪਤਾ ਹੋਣਾ ਚਾਹੀਦਾ ਕਿਹੜੇ ਕਿਹੜੇ ਪਾਤਰ ਹੈ। ਉਹ ਪਾਤਰ ਹੈ, ਤੁਸੀਂ ਨਾਮ ਲਿਖਣੇ ਹੈ, ਸਿਜਨਾ, ਸੈਕਿੰਡ ਪਾਤਰ ਹੈ ਬੀਜੀ, ਦੈਨ ਥਰਡ ਪਾਤਰ ਹੈ ਕੁਲਦੀਪ, ਫੋਰਥ ਪਾਤਰ ਹੈ ਡਾਕਟਰ, ਦੈਨ ਦੋ ਨਰਸਾਂ ਤੇ ਇੱਕ ਹੈ ਮਾਸੀ। ਮਾਸੀ ਕਿਸ ਕਾਂਗੀ ਦੀ ਸਫਾਈ ਕਰਮਚਾਰੀ ਹੈ ਤੇ ਸਿਰਜਣਾ ਜੋ ਇਸ ਕਾਂਗੀ ਦੇ ਵੀ ਮੇਨ ਰੋਲ ਆ ਕਰਦੀ, ਨੋ ਦਾ ਰੋਲ ਹੈ, ਜੋ ਕਿ ਪੜ੍ਹੀ ਲਿਖੀ ਔਰਤ ਹੈ ਨਵੇਂ ਜ਼ਮਾਨੇ ਦੀ ਹੈ। ਸੈਕਿੰਡ ਹੈ ਬੀਜੀ ਜੋ ਇੱਕ ਸੱਸ ਦਾ ਰੋਲ ਅਦਾ ਕਰ ਰਹੀ ਹੈ, ਥਰਡ ਕੁਲਦੀਪ ਉਹਦਾ ਪਤੀ, ਫੋਰਥ ਡਾਕਟਰ, ਦੈਨ ਨੋ ਨਰਸਾਂ ਹੈ, ਮਾਸੀ ਹੈ ਜੋ ਸਫਾਈ ਕਰਮਚਾਰੀ ਹੈ, ਸਫਾਈ ਦਾ ਕੰਮ ਕਰ ਰਹੀ ਹੈ ਹੋਸਪਿਟਲ ਦੇ ਵਿੱਚ ਕਲੀਨਿਕ ਦੇ ਵਿੱਚ। ਹਾਂ ਸਿਰਜਣਾ ਇਕਾਂਗੀ ਦਾ ਨੇਮ ਹੈ, ਜੋ ਨੋ ਦਾ ਨਾਮ ਵੀ ਹੈ ਤੇ ਇੱਕ ਹੋਰ ਮੀਨਿੰਗ ਹੈ ਕਿਸੇ ਚੀਜ਼ ਦੀ ਸਿਰਜਣਾ ਕਰਨੀ। ਮੈਂ ਸਮਝਾਇਆ ਸੀ ਬੇਟਾ ਸਾਰਾ ਸਟਾਰਟਿੰਗ ਦੇ ਵਿੱਚ ਬੇਟਾ, ਡਾਕਟਰ ਨੀ ਤੇ ਦੋ ਨਰਸਾਂ, ਕਲੀਨਿਕ ਦਾ ਅੰਦਰਲਾ ਦ੍ਰਿਸ਼, ਮਾਸੀ ਤੇਜ਼ ਤੇ ਹੱਥ ਚਲਾਉਂਦੀ ਹੋਈ ਸਫਾਈ ਕਰ ਰਹੀ ਹੈ। ਅੰਡਰਲਾਈਨ ਕਰੋ, ਸਫਾਈ ਕਰਮਚਾਰੀ ਕਰਨ ਲੋਕ ਕੀ ਕਹਿ ਬੁਲਾਉਂਦੇ ਹਨ? ਮਾਸੀ। ਅੰਡਰਲਾਈਨ ਕਰਦੇ ਜਾਓ ਫਸਟ ਕੁਐਸਚਨ, ਸਫਾਈ ਕਰਮਚਾਰੀ ਕਰਨ ਲੋਕ ਕੀ ਕਹਿ ਕੇ ਬੁਲਾਉਂਦੇ ਹਨ? ਮਾਸੀ। ਦਰਵਾਜ਼ਾ ਖੁੱਲਦਾ ਹੈ, ਬੀਜੀ ਤੇ ਸਿਜਨਾ ਅੰਦਰ ਆਉਂਦੇ, ਸਟਾਰਟਿੰਗ ਸਟੇਜ ਹੈ, ਸਟੇਜ ਦੇ ਵਿੱਚ ਸਟੇਜ ਦੇ ਅੰਦਰ ਕਲੀਨਿੰਗ ਦਾ ਪੂਰਾ ਦ੍ਰਿਸ਼ ਹੈ, ਮਾਸੀ ਸਫਾਈ ਕਰ ਰਹੀ ਹੈ, ਮਾਸੀ ਸਫਾਈ ਕਰ ਰਹੀ ਹੈ ਤੇ ਬੇਟਾ ਬੀਜੀ ਤੇ ਸਿਜਨਾ ਕਲੀਨਿੰਗ ਦੇ ਅੰਦਰ ਆਉਂਦੀਆਂ ਹਨ। ਬੀਜੀ ਮਾਸੀ ਨੂੰ, ਡਾਕਟਰ ਸਾਹਿਬ ਨਹੀਂ ਆਏ, ਮਾਸੀ ਬੜਾ ਤਲਕੀ ਨਾਲ ਥੋੜਾ ਗੁੱਸੇ ਨਾਲ ਬੋਲਦੀ ਹੈ, ਸਫਾਈ ਚਲਦੀ ਪਈ ਹੈ, ਦਿਸਦਾ ਨਹੀਂ ਤੁਹਾਨੂੰ, ਤੁਸੀਂ ਜੁੱਤੀਆਂ ਲੈ ਕੇ ਅੰਦਰ ਆ ਗਏ, ਸਾਰੇ ਪੈਰਾਂ ਦੇ ਛਾਪੇ ਲਾ ਕੇ। ਭਾਵ ਕਿ ਇਸ ਪੈਰੇ ਤੁਸੀਂ ਰੀਡ ਕਰਾਂਗੇ ਕਿ ਉਹਨੇ ਕਿਹਾ ਕਿ ਮੈਂ ਸਫਾਈ ਕਰਦੀ ਪਈ ਸੀ, ਤੁਸੀਂ ਜੁੱਤੀ ਲੈ ਕੇ ਅੰਦਰ ਆ ਗਏ, ਤੁਹਾਨੂੰ ਦਿਖਾਈ ਨਹੀਂ ਦੇ ਰਿਹਾ, ਗੁੱਸੇ ਨਾਲ ਬੋਲਦੀ ਹੈ, ਠੀਕ ਹੈ। ਅਸਲ ਦੇ ਵਿੱਚ ਹੁੰਦੀ ਉਹਦਾ ਸੁਭਾਅ ਨਹੀਂ ਇੱਦਾਂ ਹੁੰਦਾ, ਬਸ ਇਹਦਾ ਉਹਦੀ ਬੋਲਣ ਦਾ ਤਰੀਕਾ ਹੈ ਕਿੱਦਾਂ, ਅੰਦਰੋਂ ਦਿਲੋਂ ਚੰਗੀ ਹੈ। ਬੀਜੀ ਬੜੀ, ਬੀਜੀ ਅੱਗੋਂ ਕੀ ਕਹਿੰਦੀ ਹੈ, ਠੀਕ ਹੈ, ਬੜੀ ਬਦਤਮੀਜ਼ ਹੈ,
ਬੋਲਦੀ ਕਿਦਾਂ ਹੈ ਨਰਸ ਆਉਂਦੀ ਹੈ ਨਰਸ ਬੋਲਣ ਵਿੱਚ ਐਦਾਂ ਦੀ ਹੈ ਉਹਨ ਦਿਲ ਦੀ ਚੰਗੀ ਹੈ ਬੈਠੇ ਬੈਠੋ ਤੁਸੀਂ ਡਾਕਟਰ ਸਾਹਿਬ ਆਉਣੀ ਵਾਲੇ ਨੇ ਅਲਟਰਾਸਾਊਂਡ ਲਈ ਆਏ ਨੇ ਅਲਟਰਾਸਾਊਂਡ ਲਈ ਆਏ ਹੋ ਠੀਕ ਹੈ ਅੰਡਰਲਾਈਨ ਕਰੋ ਬੀਜੀ ਤੇ ਸਿਜਨਾ ਕਲੀਨਿਕ ਕਿਸ ਲਈ ਆਉਂਦੇ ਅਲਟਰਾਸਾਊਂਡ ਲਈ ਅੰਡਰਲਾਈਨ ਕਰਦੇ ਜਾਓ ਬੇਟਾ ਸੈਕਿੰਡ ਕੁਐਸਚਨ ਅਲਟਰਾਸਾਊਂਡ ਲਈ ਬੀਜੀ ਤੇ ਸਿਜਨਾ ਕਲੀਨਿਕ ਕਿਸ ਲਈ ਆਉਂਦੇ ਹਨ ਅਲਟਰਾਸਾਊਂਡ ਲਈ नेक्स्ट है बीजी हाँ पर जे लोड होई ता अगा भी पर जे लोड होई ता अगा भी कुछ करांगे अगा दा मीनिंग है अगो भी कुछ सोचांगे भाव की जे तेरे पेट दे विच इक लड़की होई ता असी इहनू मार दांगे उहदे कहण दा मतलब ऐ सी बीजी दे कहण दा मीनिंग ऐ सी मतलब डायरेक्ट उन्हें डायरेक्टली नहीं किया उन्हें कहने का मीनिंग यही सी जे अल्ट्रासाउंड कराने तो बाद जे लड़की हुई तो अपन खत्म कर देंगे भाव कि सस नी बीजी में एक लड़की होर नहीं चाहिए सो कहने का मीनिंग ऐसी अगा भी कुछ करांगे मीनिंग है असं अगो सोचा भाव कि खत्म कर देंगे ये कहने का मीनिंग से ठीक है उन्हें डायरेक्टली नहीं किया ऐदा वर्डिंग कहते नर्स मुस्कुरा के लोड़ पई तो यद की मतलब थोड़ा उन्होंने समझ आ गई सी गल की कह रही है क्योंकि नर्स उनका क्लीयर ही है बीजी लापरवाही ना मतलब जे कुड़ी होई ता अगा भी कुछ करना ही पऊ एक हैगी है जे दूजी भी कुड़ी होई ता नहीं रखनी असी उन्हें भी अंडरलाइन करो एक हैगी है मतलब सीजना दी पहला किन्ने बच्चे सन एक अंडरलाइन करो जल्दी सीजना दे पहला किन्ने बच्चे सन एक नेक्स्ट है सीजना डर के बीजी ये तुसी की कह रहे हो शौक लगता है कि तुसी मैनू असली लेके आए हो क्लीनिंग बीजी ठीक है की तुसी कह रहे हो है ए पाप है ये ठीक नहीं है भी जन्म लैन तो पहला किसी बच्चे नू मारना बीजी की ठीक है ते की नहीं ते नालों ज्यादा पता है मैनू भाव की बड़े गुस्से नाल बोलदी गुस्से बहुत औरत है सीजना पर की फर्क ये पै जाएगा जे लड़की होएगी हुण समझा रही है नो समझा रही है कि फर्क की पड़ेगा चाहे लड़की हो चाहे लड़का ठीक है तो दोनों ठीक है बच्चे ही हैं ना परमात्मा ने बनाए हुए हैं बीजी चाली पूरे चाली किले है भाव की कितनी जमीन की गल करती है चाली किले अभी अंडरलाइन करो बीजी किन्ने किले जमीन की गल करती है चाली किले बीजी ने की कहा चाली किले पे चाली किले कि जमीन का मालक तेरी कुड़ी मैं दाज दे दांगी ये नहीं होने वाला मैं जमीन शरीका तो बचा के रखी है बड़े जोर जोर के रखी है कि तेरे तीनू मैं दाज देना मैं नहीं देनी कहनी मैं मंदिर के गुरुद्वारे दान दे दांगी तेरी तीनू नहीं देनी भाव की मैं तीनू दाज रूप च नहीं देना ठीक है ये नहीं हो सकता भाव की जमीन जायदाद है मैनू मालक चाहिए मालक मालक कौन बन सकता एक मुंडा बन सकता है एक लड़की नहीं बन सकती मतलब ए ना लाइना चो कह रही है ठीक है हाँ अचानक पानी लेके मासी आउंदी है दोवें चुप कर जांदियां हन ठीक है मतलब शो नहीं करदे असीं लड़ रही हां मतलब इधर ही गल कर रही हां पर मासी सब समय मासी नूं पता हुंदा है सफाई कर्मचारिका नूं वी की गल कर रहे हैं असल वी चंद्रो नूं पता हुंदा है दोवें अनमन्ने मन नाल पानी पी लैंदियां हन ठीक है वी अंडरलाइन करो मासी की लेके आउंदी है पानी अंडरलाइन कर लो बेटा बीजी मैं पता करदी हां बीजी की कहती मैं पता करती हाँ जे लैब वाला आ गया हो जे डॉक्टर साहब पहला आ जा तो तू चली जाए स्कैनिंग ले हूँ बीजी की कह रही है कि लैब टेस्ट वाला आ गया है या डॉक्टर आ गए से फटाफट स्कैनिंग ले पहला ही चले जावे अल्ट्रासाउंड दरवाजे ने पहुंच के ना ये रोन वर्गा क्यों मुंह बना लिया बीजी ने अपनी नूं नूं कह रही है ये अपनी जी शकल है ये शकल तू रोन वाली क्यों बना रही है की हो गया हाले केड़ा पता लग गया कि है स्कैनिंग तो हो लेंदे हो सकता है लोड़ ही ना पवे ये कहने का मतलब है कि हो सकता है वॉशरूम की लोड़ ही ना पवे शायद लड़का ही हो बुड़ बुड़ कर दी जाती है
ਸਿਜਣਾ ਬੁਰੀ ਤਰ੍ਹਾਂ ਪਰੇਸ਼ਾਨ ਹੈ, ਬੜੀ ਦੁਖੀ ਹੈ ਸੁਣ ਕੇ ਕਿ ਮੇਰੇ ਅੰਦਰ ਇੱਕ ਜੀ ਜਨਮ ਲੈ ਰਿਹਾ, ਉਹਨੂੰ ਮੈਂ ਕਿਸ ਤਰ੍ਹਾਂ ਮਾਰ ਦਵਾਂ। ਮੈਂ ਕਿਸੇ ਚੀਜ਼ ਦੀ ਸਿਰਜਣਾ ਕਰ ਰਹੀ ਹਾਂ ਕਿ ਉਹ ਮੇਰੇ ਸਰੀਰ ਦਾ ਇੱਕ ਹਿੱਸਾ ਹੈ, ਉਹਨੂੰ ਮੈਂ ਕਿੱਦਾਂ ਮਾਰ ਸਕਦੀ ਹਾਂ। ਮਾਸੀ ਉਸਦੀ ਪਰੇਸ਼ਾਨੀ ਨੂੰ ਸਮਝਦੀ ਹੈ। ਕਿਹਦੀ ਪਰੇਸ਼ਾਨੀ ਨੂੰ? ਸਿਰਜਣਾ ਦੀ। ਅੰਡਰਲਾਈਨ ਕਰੋ, ਸਿਰਜਣਾ ਦੀ ਪਰੇਸ਼ਾਨੀ ਨੂੰ ਕੌਣ ਸਮਝਦਾ ਹੈ? ਮਾਸੀ। ਗਲਾਸ ਲੈ ਕੇ ਜਾਂਦੀ ਹੈ, ਉਸਦੇ ਜਾਂਦਿਆਂ ਹੀ ਸਿਰਜਣਾ ਆਪਣਾ ਮੋਬਾਈਲ ਕੱਢ ਕੇ ਆਪਣੇ ਪਤੀ ਕੁਲਦੀਪ ਨੂੰ ਫੋਨ ਕਰਦੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਆਪਾਂ ਕੁਝ ਕਰਨਾ ਹੈ, ਇੰਨੀ ਵੱਡਾ ਕਦਮ ਉਠਾਉਣ ਲੱਗਿਆ, ਉਹਦੇ ਹਸਬੈਂਡ ਨੂੰ ਤਾਂ ਪਤਾ ਹੋਣਾ ਚਾਹੀਦਾ ਜੋ ਉਹਦਾ ਹਸਬੈਂਡ ਆਫਿਸ ਗਿਆ ਹੁੰਦਾ। ਸਿਰਫ ਆਵਾਜ਼ ਹੀ ਆਉਂਦੀ ਆਵਾਜ਼, ਕਿਉਂਕਿ ਉਹ ਪ੍ਰੈਜੈਂਟ ਨਹੀਂ ਹੈ, ਠੀਕ ਹੈ। ਸਿਰਫ ਮੋਬਾਈਲ ਤੇ ਆਵਾਜ਼, ਆਪਾਂ ਨਾਟਕ ਕਰਦੇ ਨਾ ਸਟੇਜ ਤੇ, ਸਿਰਫ ਮੋਬਾਈਲ ਤੇ ਆਵਾਜ਼ ਆਉਂਦੀ ਹੈ। ਕੀ ਆਵਾਜ਼ ਆਉਂਦੀ ਹੈ? ਦੀਪ, ਠੀਕ ਹੈ। ਉਹਦਾ ਹਸਬੈਂਡ ਹੁੰਦਾ ਦੀਪ, ਜਿਹੜੀ ਸਿਰਜਣਾ ਹੈ ਆਪਣੇ ਪਤੀ ਨੂੰ ਦੀਪ ਕਹਿ ਕੇ ਬੁਲਾਉਂਦੀ ਹੈ। ਕੀ ਕਹਿ ਕੇ ਬੁਲਾਉਂਦੀ ਹੈ? ਦੀਪ। ਉਹ ਕਹਿੰਦੀ ਹੈ ਹੈਲੋ ਦੀਪ, ਠੀਕ ਹੈ, ਕਿ ਤੁਹਾਨੂੰ ਪਤਾ ਹੈ ਬੀਜੀ ਮੈਨੂੰ ਇੱਥੇ ਕੀ ਖਿਲਾਉਣ ਲਈ ਲੈ ਕੇ ਆਏ ਹਨ, ਠੀਕ ਹੈ। ਉਹ ਮੇਰੀ ਸਕੈਨਿੰਗ ਕਰਵਾਉਣ ਲੱਗੇ ਹਨ, ਜੇ ਲੜਕੀ ਹੋਈ ਤਾਂ ਉਹ ਪਹਿਲਾਂ ਹੀ ਮਾਰ ਦੇਣਗੇ, ਠੀਕ ਹੈ। ਉਹ ਕਹਿੰਦਾ ਉਹਦੀ ਗੱਲ ਨੂੰ ਅਣਸੁਣਿਆ ਕਰ ਦਿੰਦਾ ਤੇ ਕਹਿੰਦਾ ਕਿ ਜੋ ਬੀਜੀ ਕਹਿ ਰਹੇ ਠੀਕ ਹੀ ਹੋਣਾ, ਉਹਨਾਂ ਨੂੰ ਜ਼ਿਆਦਾ ਪਤਾ ਹੋਣਾ, ਮੇਰੇ ਨਾਲ ਜ਼ਿਆਦਾ ਉਹਨਾਂ ਨੇ ਦੁਨੀਆ ਦੇਖੀ ਹੈ, ਜੋ ਕਹਿ ਰਹੇ ਹਨ ਠੀਕ ਹੀ ਹੋਣਾ, ਭਾਵ ਕਿ ਉਹਦੀ ਗੱਲ ਨੂੰ ਸੁਣਦਾ ਹੀ ਨਹੀਂ ਵਿਚਾਰੀ। ਇਹ ਕਹਿ ਕੇ ਫੋਨ, ਮਤਲਬ ਹਾਂ, ਮਤਲਬ ਉਹ ਆਪਣੀ ਮਾਂ ਦੀ ਗੱਲ ਜ਼ਿਆਦਾ ਮੰਨਦਾ। ਨੈਕਸਟ ਹੈ ਬੀਜੀ, ਦੂਜਾ ਧੱਕਾ ਉਹਨੂੰ ਇਹ ਸੁਣ ਕੇ ਲੱਗਦਾ ਹੈ ਕਿ ਉਸਦੀ ਇਹ ਗੱਲ ਬੀਜੀ ਨੇ ਸੁਣ ਲਈ ਹੈ। ਹੁਣ ਜਦੋਂ ਫੋਨ ਤੇ ਆਪਣੇ ਹਸਬੈਂਡ ਨਾਲ ਗੱਲ ਕਰਦੀ ਹੁੰਦੀ ਨਾ, ਉਹਨੂੰ ਸ਼ੌਕ ਲੱਗਦਾ ਕਿ ਉਹਦੀ ਸੱਸ ਕੋਲ ਹੀ ਬਾਹਰ ਆ ਜਾਂਦੀ ਫਟਾਫਟ, ਉਹਦੀ ਗੱਲ ਨੂੰ ਸੁਣ ਲੈਂਦੀ ਕਿ ਆਪਣੇ ਪਤੀ ਨੂੰ ਮੇਰੀ ਸ਼ਿਕਾਇਤ ਲਾ ਰਹੀ ਹੈ। ਬੀਜੀ, ਜਦੋਂ ਮੈਂ ਕਹਿਤਾ ਸੀ, ਫਿਰ ਕੀ ਲੋੜ ਸੀ ਦੀਪੇ ਨੂੰ ਕਹਿ ਕੇ ਫੋਨ ਕਰਨ ਦੀ? ਦੀਪਾ ਮਤਲਬ ਉਹਦਾ ਪਤੀ ਕੁਲਦੀਪ, ਕਹਿੰਦੀ ਮੈਂ ਤੈਨੂੰ ਕਿਹਾ ਨੀ ਸੀ ਕਰਾਉਣਾ ਹੀ ਕਰਾਉਣਾ, ਫਿਰ ਤੂੰ ਆਪਣੇ ਪਤੀ ਨੂੰ ਕਿਉਂ ਫੋਨ ਕੀਤਾ? ਸਿਰਜਣਾ, ਉਹ ਮੇਰੇ ਜੀਵਨ ਸਾਥੀ ਨੇ ਬੀਜੀ, ਕਿ ਇਹੋ ਜਿਹੇ ਮਾਮਲਿਆਂ ਤੇ ਸਲਾਹ ਲੈਣੀ ਨਹੀਂ ਬਣਦੀ ਉਹਨਾਂ ਨਾਲ? ਬੀਜੀ, ਤੇ ਮੇਰੀ ਸਲਾਹ ਕੋਈ ਮਾਇਨੇ ਨਹੀਂ ਰੱਖਦੀ? ਇਹਦੀ ਸੱਸ ਕਹਿੰਦੀ ਗੁੱਸੇ ਨਾਲ, ਮੈਂ ਤੈਨੂੰ ਕਿਹਾ ਸੀ ਆਪਾਂ ਕਰਨਾ ਹੀ ਕਰਨਾ ਕੰਮ, ਕਿ ਮੇਰੀ ਤੂੰ ਪਰਵਾਹ ਹੀ ਨਹੀਂ ਕੀਤੀ, ਆਪਣੇ ਪਤੀ ਦੀ ਸੁਣਨੀ ਹੈ? ਇਹੋ ਜਿਹੇ ਮਾਮਲਿਆਂ ਤੇ ਭੌਂਕਦੀ ਹੈ ਮੈਂ, ਕੀ ਗੋਲੀ ਰੱਖੀ ਹੈ ਤੇਰੇ ਤੇ, ਮਾਰਨ ਲੱਗੀ ਹੈ ਤੈਨੂੰ? ਤੇਰੀ ਪਹਿਲਾਂ ਸਹਿਣ ਕਰ ਲਈ, ਹੁਣ ਥੋੜੀ ਹੈ, ਜੇ ਤੂੰ ਹੋਰ ਮਰਨ ਨੂੰ ਫਿਰਦੀ ਹੈ ਮੇਰੇ ਮੱਥੇ। ਭਾਵ ਕੀ ਪਹਿਲਾਂ ਸਹਿਣ ਕਰ ਲਈ ਦਾ ਮੀਨਿੰਗ ਹੈ, ਭਾਵ ਕੀ ਤੇਰੀ ਇੱਕ ਧੀ ਮੈਂ ਪਹਿਲਾਂ ਬਰਦਾਸ਼ਤ ਕਰ ਲਈ ਹੈ, ਠੀਕ ਹੈ, ਹੁਣ ਮੈਂ ਦੂਜੀ ਬਰਦਾਸ਼ਤ ਨਹੀਂ ਕਰਨੀ। ਇੰਨੀ ਗੁੱਸੇ ਨਾਲ ਕਹਿ ਰਹੀ ਹੈ ਸਿਰਜਣਾ, ਮੱਥੇ ਵਿੱਚ ਤਾਂ ਉਹੀ ਮੜਿਆ ਜਾਂਦਾ ਹੈ ਬੀਜੀ, ਜੋ ਕੁਦਰਤ ਚਾਹੀਦਾ, ਜੋ ਪਰਮਾਤਮਾ ਚਾਹੀਦਾ, ਜੋ ਸਾਡੀ ਕਿਸਮਤ ਚ ਲੱਗਿਆ। ਬੀਜੀ, ਇਹ ਤੂੰ ਮੇਰੇ ਤੇ ਛੱਡ ਦੇ, ਇਸ ਲਈ ਤਾਂ ਡਾਕਟਰ ਲੈ ਕੇ ਆਈ ਹਾਂ ਮੈਂ ਤੈਨੂੰ, ਭਾਵ ਕਿ ਮੇਰੇ ਤੇ ਛੱਡ ਦੇ, ਜੋ ਕਰਨਾ ਉਹਨੂੰ ਮੈਂ ਹੀ ਕਰਨਾ, ਪਰਮਾਤਮਾ ਨਹੀਂ ਕਰੇਗਾ। ਸਿਰਜਣਾ, ਪਰ ਇਸ ਗੱਲ ਦੀ ਕੀ ਗਰੰਟੀ ਹੈ ਬੀਜੀ ਕਿ ਅਗਲੀ ਵਾਰ ਵੀ ਮੁੰਡਾ ਹੋਏਗਾ? ਜੇ ਫਿਰ ਕੁੜੀ ਹੋਈ ਤਾਂ ਫਿਰ ਤੁਸੀਂ ਇਸ ਤਰ੍ਹਾਂ ਹੀ ਕਰੋਗੇ? ਬੀਜੀ, ਫਿਰ ਦੀ ਫਿਰ ਵੇਖੀ ਜਾਊ, ਆਪਸ ਗੱਲ ਕਰੀਏ। ਸਿਰਜਣਾ, ਕਦੋਂ ਤੀ, ਕੁਸ਼ਚਨ ਪੁੱਛ ਰਹੀ, ਕਦੋਂ ਤੀਕ ਹੁੰਦਾ ਰਹੇਗਾ, ਤੀ ਕਦੋਂ ਤੀਕ ਚੱਲਦੇ ਰਹਿਣਗੇ ਪ੍ਰਯੋਗ, ਕਦੋਂ ਤੱਕ ਤੁਸੀਂ ਤੁਹਾਡੇ ਤੇ ਕਰਦੇ ਰਹੋਗੇ? ਬੀਜੀ, ਜਦੋਂ ਤੱਕ ਮੈਨੂੰ ਆਪਣੀ ਜ਼ਮੀਨ ਜਾਇਦਾਦ ਦਾ ਵਾਰਿਸ ਨਹੀਂ ਮਿਲ ਜਾਂਦਾ। ਅਸਲ ਵਿੱਚ ਉਹਨੂੰ ਆਪਣੀ ਜ਼ਮੀਨ ਜਾਇਦਾਦ ਦਾ ਕੀ ਚਾਹੀਦਾ ਸੀ? ਅਸਲ ਵਿੱਚ ਬੀਜੀ ਨੂੰ ਸਿਰਫ ਤੇ ਸਿਰਫ ਆਪਣੀ ਜ਼ਮੀਨ ਜਾਇਦਾਦ ਦਾ ਵਾਰਿਸ ਚਾਹੀਦਾ ਸੀ, ਜੋ ਇੱਕ ਲੜਕਾ ਕਹਿੰਦੇ ਹੋ ਸਕਦਾ। ਵੇਖ ਬੀਬਾ, ਲੋੜ ਹੁੰਦੀ ਹੈ ਬੰਦੇ ਦੀ, ਤੇ ਤੇਰੀ ਤੇ ਮੇਰੀ ਲੋੜ ਇਹੀ ਹੈ, ਵਾਰਿਸ ਚਾਹੀਦਾ ਮੈਨੂੰ ਆਪਣੀ ਪ੍ਰੋਪਰਟੀ ਦਾ ਵਾਰਿਸ। ਤੈਨੂੰ ਸ਼ੌਕ ਹੈ ਧੀ ਦਾ ਤਾਂ ਹੋਰ ਘਰ ਵੇਖ ਲੈ ਭਾ ਦਾ, ਇਹਦੇ ਕਹਿਣ ਦਾ ਮੀਨਿੰਗ ਮੇਰੇ ਘਰੋਂ ਨਿਕਲ ਜਾ, ਠੀਕ ਹੈ, ਤੂੰ ਮੇਰੇ ਘਰੋਂ ਆਪਣੀ ਧੀ ਨੂੰ ਲੈ ਕੇ ਨਿਕਲ ਜਾ, ਜੇ ਤੈਨੂੰ ਧੀ ਚਾਹੀਦੀ ਹੈ ਤਾਂ ਮੈਂ ਤੈਨੂੰ ਆਪਣੇ ਘਰ ਬਿਲਕੁਲ ਨਹੀਂ ਰੱਖਣਾ। ਜੇ ਤੈਨੂੰ ਲੱਗਦਾ ਜਨਾਨੀ ਬਣ ਕੇ ਰਹੂਗਾ ਤੇਰਾ ਖਸਮ, ਖਸਮ ਕਹਿਣਾ ਤੇਰਾ ਪਤੀ, ਠੀਕ ਹੈ, ਤੇਰੀ ਗੱਲ ਉਹ ਸੁਣੇਗਾ ਤਾਂ ਖਸਮ, ਤਾਂ ਦੀਪੇ ਨੂੰ ਵੀ ਨਾਲ ਲੈ ਜਾਵੀ। ਭਾਵ ਕੀ ਕਹਿੰਦੀ, ਤੂੰ ਆਪਣੇ ਪਤੀ ਨੂੰ ਵੀ ਨਾਲ ਲੈ ਜਾ, ਆਪਣੇ ਮੁੰਡੇ ਨੇ ਵੀ ਇਹ ਕਹਿੰਦੀ, ਉਹਨੂੰ ਵੀ ਕਹਿੰਦੀ ਘਰੋਂ ਬਾਹਰ ਕੱਢ ਦੇਣਾ, ਜੇ ਤੇਰਾ ਤੇਰੀ ਗੱਲ ਤੇਰੇ ਪਤੀ ਨੇ ਸੁਣ ਲਈ, ਭਾਵ ਕੀ ਮੇਰੇ ਪੁੱਤਰ ਨੇ ਸੁਣ ਲਈ, ਮੈਂ ਉਹਨੂੰ ਵੀ ਘਰੋਂ ਬਾਹਰ ਕੱਢ ਦੇਣਾ। ਮੰਦਰ ਗੁਰਦੁਆਰੇ ਦੇ ਨਾਂ ਲਾਉਣੀ ਮਨਜ਼ੂਰ ਹੈ ਮੈਨੂੰ, ਦਾਜ ਵਿੱਚ ਵੰਡਣ ਨੂੰ ਤਿਆਰ ਨਹੀਂ ਮੈਂ। ਉਹ ਕੀ ਕਹਿੰਦੀ, ਬੀਜੀ ਮੈਂ ਮੰਦਰ ਤੇ ਗੁਰਦੁਆਰੇ ਦਾਨ ਦੇਵਾਂਗੀ, ਪਰ ਤੇਰੀ ਧੀ ਨੂੰ ਮੈਂ ਦਾਜ ਨਹੀਂ ਦੇਣਾ। ਕਿੰਨੀ ਦੇਖੋ, ਇੱਕ ਔਰਤ ਦਾ ਦੁੱਖ ਨਹੀਂ ਸਮਝ ਰਹੀ, ਜੇਦਾ ਤੇਰੀਆਂ ਧੀਆਂ ਦੇ ਨਾਂ ਵੀ ਲਾਣੀ, ਜੇ ਨਹੀਂ ਜੀ ਮੰਦਾ ਤਾਂ ਇਹ ਕੰਮ ਨੂੰ ਤਾਂ ਤੁਰ ਜਾ, ਜਿੱਥੋਂ ਆਈ ਹੈ ਮਤਲਬ ਆਪਣੇ ਪੇਕੇ ਤੁਰ ਜਾ, ਜਿੱਥੋਂ ਆਈ ਹੈ
ਉਥੋਂ ਤੁਰ ਜਾ ਭਾਵ ਕੀ ਜਿਹੜੇ ਘਰੋਂ ਤੂੰ ਆਈ ਹੈ ਭਾਵ ਕੀ ਆਪਣੇ ਪੇਕੇ ਤੁਰ ਜਾ ਮੇਰੇ ਘਰ ਰਹਿ ਕੇ ਨਾ ਜਾ ਸਕਦੀ ਤੂੰ ਇੱਕ ਹੋਰ ਪੱਥਰ ਇਹ ਵੀ ਅੰਡਰਲਾਈਨ ਕਰੋ ਉਹਨੇ ਪੱਥਰ ਕਿਹਨੂੰ ਕਿਹਾ ਉਹਦੀ ਜਿਹੜੀ ਜਿਹੜੀ ਧੀ ਹਲੇ ਜੰਮੀ ਨਹੀਂ ਹੈ ਹਾਂ ਦੂਜੀ ਧੀ ਜਿਹਦੀ ਹਲੇ ਕੋਹ ਕੀਚੀ ਹੈ ਜਿਹੜੀ ਧੀ ਹਲੇ ਕੋਹ ਕੀਚੀ ਹੈ ਦੂਸਰੀ ਧੀ ਨੂੰ ਉਹਨੇ ਕੀ ਕਿਹਾ ਪੱਥਰ ਕਿਹਾ ਚਸ਼ਾ ਦੇ ਜਾ ਮਤਲਬ ਉਹਨੇ ਉਹ ਕਹਿ ਰਹੀ ਸੀ ਚੈੱਕ ਕਰਵਾਉਣਾ ਹੈ ਜੇ ਚੈੱਕ ਹੋਏਗਾ ਜੇ ਲੜਕਾ ਹੋਇਆ ਫਿਰ ਥੋੜ੍ਹੀ ਕੰਮ ਕਰਾਵਾਂਗੇ ਫਿਰ ਤਾਂ ਕਰਾਉਣਾ ਹੀ ਨਾ ਗੁੱਸੇ ਨਾਲ ਝੋਲਾ ਚੁੱਕੇ ਚਲੀ ਜਾਂਦੀ ਹੈ ਚੀਜ਼ਾਂ ਦਾ ਮਨ ਭਾਰਾਂ ਦਾ ਭਾਵ ਕੀ ਰੋਣ ਲੱਗ ਜਾਂਦੀ ਹੈ ਤੇ ਉਹ ਰੋ ਪੈਂਦੀ ਹੈ ਉਸ ਤੋਂ ਬਾਅਦ ਡਾਕਟਰ ਦੀ ਐਂਟਰੀ ਹੁੰਦੀ ਹੈ ਹੁਣ ਆਪਸ ਦੀ ਗੱਲਬਾਤ ਖਤਮ ਹੋ ਗਈ ਠੀਕ ਹੈ ਫਿਰ ਡਾਕਟਰ ਆਉਂਦੀ ਹੈ ਡਾਕਟਰ ਹੈਲੋ ਬੈਠਦੀ ਹੋਈ ਸੋਰੀ ਤੁਹਾਨੂੰ ਵੇਟ ਕਰਨੀ ਪਈ ਸਕੈਨਿੰਗ ਲਈ ਆਏ ਹੋ ਸੀਜਨਾ ਸੀਜਨਾ ਆਪਣੇ ਆਪ ਨੂੰ ਸੰਭਾਲਦੀ ਹੋਈ ਮਤਲਬ ਬੜੀ ਰੋ ਰਹੀ ਸੀ ਨਾ ਉਹਦਾ ਮਨ ਬੜਾ ਖਰਾਬ ਹੋਇਆ ਸੀ ਜੀ ਡਾਕਟਰ ਸਾਹਿਬ ਸਵੇਰੇ ਫੋਨ ਤੇ ਗੱਲ ਹੋਈ ਸੀ ਤੁਹਾਡੇ ਨਾਲ ਡਾਕਟਰ ਹਾਂ ਹਾਂ ਮੈਨੂੰ ਯਾਦ ਹੈ ਮੈਂ ਪਰ ਮੈਨੂੰ ਇੱਕ ਗੱਲ ਦੱਸੋ ਸੀਜਨਾ ਜੀ ਤੁਸੀਂ ਪੜ੍ਹੇ ਲਿਖਿਓ ਹੁਣ ਡਾਕਟਰ ਉਹਨੂੰ ਸਮਝਾ ਰਹੀ ਹੈ ਕਿ ਤੂੰ ਇਹ ਕੰਮ ਕਰਨ ਆਈ ਕਿਉਂ ਹੈ ਵੀ ਤੂੰ ਤਾਂ ਇੱਕ ਸੀਜਨਾ ਨੂੰ ਕਹਿੰਦੀ ਹੈ ਕਿ ਤੂੰ ਤਾਂ ਇੱਕ ਪੜ੍ਹੀ ਲਿਖੀ ਲੜਕੀ ਹੈ ਫਿਰ ਤੂੰ ਇਹ ਕਰਨ ਕਿਉਂ ਆਈ ਹੈ ਪਰ ਅਸਲ ਵਿੱਚ ਸਜਣਾ ਨਹੀਂ ਆਈ ਹੁੰਦੀ ਉਹਦੀ ਸੱਸ ਨੂੰ ਲੈ ਕੇ ਆਈ ਹੁੰਦੀ ਹੈ ਬਿਨਾਂ ਦੱਸੇ ਠੀਕ ਹੈ ਡਾਕਟਰ ਤੁਹਾਨੂੰ ਸਮਝਦੀ ਨਾ ਵੀ ਇਹ ਕੰਮ ਕਰਾਉਣੇ ਆਈਏ ਵੀ ਕਹਿੰਦੀ ਤੁਸੀਂ ਤਾਂ ਪੜ੍ਹੇ ਲਿਖੇ ਹੋ ਜੇ ਪੜ੍ਹੇ ਲਿਖੇ ਲੋਕ ਇੱਦਾਂ ਕਰਨਗੇ ਤਾਂ ਇਸ ਸਮਾਜ ਦਾ ਕੀ ਹੋਏਗਾ ਸੀਜਨਾ ਤੁਸੀਂ ਵੀ ਪੜ੍ਹੇ ਲਿਖੇ ਹੋ ਡਾਕਟਰ ਸਾਹਿਬ ਪਰ ਤੁਸੀਂ ਉਹਦੇ ਕਹਿਣ ਦਾ ਮਤਲਬ ਸੀ ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਪਰ ਤੁਸੀਂ ਇਹ ਕੰਮ ਕਰ ਰਹੇ ਹੋ ਜੇ ਤੁਸੀਂ ਆਪਣੇ ਹੋਸਪਿਟਲਾਂ ਦੇ ਵਿੱਚ ਆਪਣੇ ਕਲੀਨਿਕ ਦੇ ਵਿੱਚ ਇਹ ਕਰਨਾ ਹੀ ਬੰਦ ਕਰ ਦਿਓ ਕਿ ਲੜਕਾ ਜਾਂ ਲੜਕੀ ਹੈ ਠੀਕ ਹੈ ਉਹਦੇ ਜਨਮ ਤੋਂ ਪਹਿਲਾਂ ਤਾਂ ਇਹ ਪਾਪ ਹੋਵੇ ਹੀ ਨਾ ਉਹਦਾ ਅੱਗੋਂ ਸੀਜਨ ਜਵਾਬ ਦਿੰਦੀ ਹੈ ਕਿਹਨੂੰ ਡਾਕਟਰ ਨੂੰ ਡਾਕਟਰ ਮੇਰਾ ਪ੍ਰੋਫੈਸ਼ਨ ਹੈ ਉਹਦਾ ਕਹਿੰਦੇ ਮੇਰਾ ਤਾਂ ਕੰਮ ਹੀ ਹੈ ਨਹੀਂ ਤਾਂ ਮੁੰਡੇ ਕੁੜੀ ਦਾ ਮਤਲਬ ਉਹਨੇ ਪੂਰਾ ਗੱਲ ਨਹੀਂ ਕੀਤੀ ਸੀਜਨਾ ਤੁਸੀਂ ਸਮਝਾ ਸਕਦੇ ਹੋ ਲੋਕਾਂ ਨੂੰ ਠੀਕ ਹੈ ਡਾਕਟਰ ਨੂੰ ਕਹਿ ਰਹੀਏ ਕਿ ਤੁਸੀਂ ਵੀ ਤਾਂ ਲੋਕਾਂ ਨੂੰ ਸਮਝਾ ਸਕਦੇ ਹੋ ਜੋ ਤੁਸੀਂ ਕਰਨ ਆਏ ਹੋ ਉਹ ਕਿੰਨਾ ਵੱਡਾ ਪਾਪ ਹੈ ਡਾਕਟਰ ਕੌਣ ਸਮਝਦਾ ਹੈ ਹੁਣ ਮੈਂ ਤੈਨੂੰ ਤੁਹਾਨੂੰ ਕਵਾਂ ਇਹ ਗਲਤ ਹੈ ਹੁਣ ਪਹਿਲਾਂ ਦੱਸੋ ਤੁਸੀਂ ਸਮਝਦੇ ਹੋ ਮੈਂ ਤੁਹਾਨੂੰ ਹੀ ਸਮਝਾ ਰਹੀ ਹਾਂ ਕਿ ਜੋ ਤੁਸੀਂ ਕਰਨ ਆਏ ਹੋ ਗਲਤ ਹੈ ਨਾ ਕਰੋ ਇਹ ਕੰਮ ਤੁਸੀਂ ਮੰਨ ਲਓਗੇ ਤੁਸੀਂ ਤਾਂ ਪੜ੍ਹੇ ਲਿਖੇ ਵੀ ਹੋ ਸੀਜਨ ਕਹੇ ਤੂੰ ਤਾਂ ਪੜ੍ਹੀ ਲਿਖੀ ਲੜਕੀ ਹੈ ਸੀਜਨਾ ਉਦਾਸ ਹੋ ਜਾਂਦੀ ਹੈ ਮੇਰੀ ਕੋਈ ਮਜਬੂਰੀ ਹੋ ਸਕਦੀ ਹੈ ਮਜਬੂਰੀ ਕੀ ਸੀ ਚਾਹੀਦੀ ਸੱਸ ਜ਼ਬਰਦਸਤੀ ਲਿਆਈ ਤੂੰ ਤਾਂ ਪਤੀ ਉਹਦੀ ਗੱਲ ਤੇ ਪਤੀ ਉਹਦੀ ਗੱਲ ਹੀ ਨਹੀਂ ਸੁਣ ਰਿਹਾ ਜੇ ਉਹਦਾ ਪਤੀ ਗੱਲ ਸੁਣ ਲੈਂਦਾ ਤੈਨੂੰ ਕਰਨਾ ਹੀ ਨਾ ਪੈਂਦਾ ਡਾਕਟਰ ਮੁਸਕਰਾਉਂਦੀ ਹੋਈ ਅਜਿਹਾ ਹੀ ਹੁੰਦਾ ਹੈ ਮਿਸਿਸ ਸਜਣਾ ਅਨਪੜ੍ਹ ਲੋਕ ਤਾਂ ਸੋਚਦੇ ਵੀ ਨਹੀਂ ਭਾਵ ਕਿ ਤੁਸੀਂ ਤਾਂ ਪੜ੍ਹੇ ਲਿਖੇ ਹੋ ਅਨਪੜ੍ਹ ਲੋਕ ਤਾਂ ਸੋਚਦੇ ਨਹੀਂ ਅਜਿਹਾ ਕੰਮ ਕਰਾਉਣ ਲੱਗਿਆ ਪੜ੍ਹੇ ਲਿਖੇ ਲੋਕ ਸੋਚਦੇ ਤਾਂ ਹਨ ਬਹੁਤ ਨੇ ਪਰ ਪਤਾ ਨਹੀਂ ਕਿਉਂ ਅਕਸਰ ਮਜਬੂਰ ਹੋ ਜਾਂਦੇ ਹਨ ਇਹ ਕੰਮ ਕਰਾਉਣ ਲਈ ਵਿਕਾਰੀ ਮਜਬੂਰੀ ਹੈ ਤੁਸੀਂ ਵੀ ਆਵਾਜ਼ ਉਠਾਓ ਇਸ ਦੇ ਖਿਲਾਫ ਜੋ ਚਿੱਤੀ ਵਿੱਚ ਪੈ ਜਾਂਦੀ ਹੈ ਸਿਰਜਣਾ ਬੜੀ ਪਰੇਸ਼ਾਨ ਹੁੰਦੀ ਹੈ ਬੜੀ ਟੈਨਸ਼ਨ ਚ ਪੈ ਜਾਂਦੀ ਹੈ ਇੱਕ ਵਾਰ ਫਿਰ ਉਹ ਆਪਣੇ ਪਤੀ ਨੂੰ ਕੋਸ਼ਿਸ਼ ਕਰਦੀ ਹੈ ਹੌਸਲਾ ਕਰਕੇ ਫੋਨ ਕਰਦੀ ਹੈ ਕਿ ਸ਼ਾਇਦ ਹੁਣ ਮੇਰਾ ਪਤੀ ਮੇਰੀ ਗੱਲ ਸੁਣ ਲਵੇ ਡਾਕਟਰ ਦੇ ਕਹਿਣ ਤੇ ਠੀਕ ਹੈ ਫਿਰ ਉਹ ਫੋਨ ਕਰਦੀ ਹੈ ਕਿ ਬੀਜੀ ਮੈਨੂੰ ਇਸ ਤਰ੍ਹਾਂ ਜਿਹੜੇ ਕੀ ਹੈ ਹੋਸਪਿਟਲ ਸਕੈਨਿੰਗ ਕਰਾਉਣ ਲਈ ਆਏ ਹਨ ਵੀ ਤੁਸੀਂ ਬੀਜੀ ਨਾਲ ਗੱਲ ਕਰੋ ਗਲਤ ਕਰ ਰਿਹਾ ਫਿਰ ਉਹਦਾ ਹਸਬੈਂਡ ਇਹ ਕਹਿ ਕੇ ਫੋਨ ਕਰ ਦਿੰਦਾ ਕਿ ਮੈਨੂੰ ਬੜਾ ਕੰਮ ਹੈ ਠੀਕ ਹੈ ਜੋ ਬੀਜੀ ਕਹਿ ਰਹੇ ਹਨ ਉਹ ਠੀਕ ਹੀ ਹੋਣਾ ਹੈ ਭਾਵ ਕਿ ਫਿਰ ਉਹਦੀ ਗੱਲ ਫਿਰ ਵੀ ਨਹੀਂ ਸੁਣਦਾ ਦੂਸਰੀ ਵਾਰੀ ਵੀ ਸੀਜਨਾ ਸਿਰਫ ਬਾਹਰ ਦੀ ਦੁਨੀਆ ਹਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਨਾ ਉਸ ਟਾਈਮ ਦੇ ਕੰਮ ਹੁੰਦਾ ਸੀਜਨਾ ਸਿਰਫ ਬਾਹਰ ਦੀ ਦੁਨੀਆ ਦੀਪ ਪਰ ਉਹ ਕਹਿੰਦਾ ਉਹਨੇ ਇਹ ਡਾਇਲੋਗ ਪਹਿਲਾਂ ਕਿਹਾ ਨਾ ਕਿ ਬਾਹਰ ਦੀ ਦੁਨੀਆ ਬਾਰੇ ਉਹਨਾਂ ਦੀ ਮਾਂ ਜ਼ਿਆਦਾ ਜਾਣਦੀ ਹੈ ਠੀਕ ਹੈ ਉਹਨਾਂ ਨੇ ਜ਼ਿਆਦਾ ਸਮਾਜ ਦੇਖਿਆ ਉਹਨਾਂ ਨੂੰ ਪਤਾ ਹੋਣਾ ਉਹ ਸੀਜਨਾ ਇਹ ਸੁਣ ਕੇ ਉਹਨੂੰ ਇਹ ਸ਼ੌਕ ਲੱਗਦਾ ਕਿ ਬਾਹਰ ਦੀ ਦੁਨੀਆ ਬਾਰੇ ਗੱਲ ਕਰ ਰਹੇ ਹੋ ਇਹ ਕੋਈ ਬਾਹਰ ਦੀ ਗੱਲ ਹੈ ਇਹ ਜੋ ਕੁਝ ਹੋ ਰਿਹਾ
मेरे अंदर हो रहा है, मैं एक बच्चे को जन्म दे रही हूँ, मेरे पेट अंदर बच्चा पल रहा है। ये कोई बात समाज की गल कर रही हूँ, मैं अपनी गल कर रही हूँ, ठीक है, अपने अंदर पल रहे बच्चे की गल करते, तुम की कह रहे हो बाहर, मेरे अंदर की दुनिया वापर रहा है। जदों की मेरी कुख अंदर वह क्रुंबल फुटी है, तुम सोच भी नहीं सकते मैं कितना चंगा लग रहा है। मतलब एक बच्चा जन्म ले रहा है, मैनू लगता है मैं एक सृजना कर रही हूँ। हूँ इतने सृजना का की मीनिंग है, किसी चीज न बना सी, इतने सृजना नेम नहीं आया, इतने सृजना का मीनिंग है किसी चीज न बनाना करना, जिस तरह परमात्मा पूरी सृष्टि सृज रहा है, इतने सृजना का की मीनिंग है किसी चीज न बनाना है। मतलब उन्हें यह जो कहता सी कुड़ी हुई तो मार देना आवाज, बस आवाज लो हूं हो गई शुरू, फिर वही कविता। गल तो सिर्फ इनी कु है सृजना की तेनू आदत ही है। आवाज इतने कौन है? उदा पति, ठीक है। कहती फिर तू दोबारा शुरू हो गई, ठीक है, फिर वही रोना लेके बह गई, तेने एक बार समझाया नहीं है। हर गल मन ते लान ते, इस लई तू इस निक्की जी गल नू मन ते लावे बह गई है, भाव कि ओदे पति दे लई धी नू जन्म लैन तो मार पहला ही मार देना एक छोटी जी गल है। ओदी सस लई ते ओदे पति लई जन्म लैन तो पहला ही मार देने वाली किसी छोटी जी गल सी, जद एक मां दे लई ए बहुत वड्डी गल हुंदी है, क्योंकि ओदी दुनिया हुंदी है बेटा। पर सीजना पर किसे कोलो दुनिया विच आउन दा हक खो लेना, सिर्फ इसे करके कि वो लड़की है, ये कोई निक्की जी गल तां नहीं दी, भाव कि वो की समझा रही है कि किसे कोलो ਇਹ ਕਹਿ ਕੇ ਹੱਕ ਖੋ ਲੈਣਾ ਕਿ ਉਹ ਲੜਕੀ ਹੈ, ਉਹਨੂੰ ਜੀਣ ਦਾ ਹੱਕ ਨਹੀਂ। ਇਸ ਸਮਾਜ ਦੇ ਵਿੱਚ ਜਿੰਨਾ ਹੱਕ ਇੱਕ ਲੜਕੀ ਲੜਕੇ ਨੂੰ ਹੈ, ਉਨਾ ਹੀ ਹੱਕ ਲੜਕੀ ਨੂੰ ਜੀਣ ਦਾ ਵੀ ਹੈ। ਨੈਕਸਟ ਹੈ ਆਵਾਜ਼, ਪਰ ਸਾਡੇ ਇੱਕ ਲੜਕੀ ਪਹਿਲਾਂ ਹੀ ਹੈ ਸਿਜਣਾ, ਜਾਇਤੀ ਧੈਰੀ ਰਿਤਿਕ ਸੁਮਿਤੀ। ਨੈਕਸਟ ਹੈ ਆਵਾਜ਼, ਕੀ ਕਹਿੰਦੇ ਉਹਦਾ ਪਤੀ ਕੀ ਕਹਿੰਦਾ ਹੈ कि साढ़े तो एक लड़की पहला ही है, असि एक और लड़की रख के कभी भी की है। फोन एक है कि जिहड़ा कि हस्बैंड फोन रख दिंदा है, फोन कर दिंदा है। सृजना पूरी तरह निराश हो गई। मासी आउंदी है, उसने सृजना दी गल्लां सुन लिया, ठीक है। उस तो बाद सफाई कर्मचारिका की आंटी होंदी है, ते उन्हें उन्हां दी गल्लां सुन लिया होंदियां हन। मासी रता उदासी ना आही गल पसानी बीबी राणी, साढ़े वेले चंगे सी, आ नाम नाल मशीना तो नहीं होंदिया सन, लोग भावे औखे हो गए भावे सौखे हो गए धी नूं रखदे सन, भाव कि अजकल मशीना आ गई है ते पता लग जांदा कि जन्म तो पहले ही लड़का है जां लड़की है। भावे तीन होंदियां सन भावे पंज, हुण तां एक धी तो बाद दूजी भाल लगा जग जांदी लोकां, भाव कि एक धी हो गई ठीक है, पर जे दूजी हो जाए तो लोग की समझते हैं कि भार एक बोझ है, तेरे जन्म से दहेज देना पड़ा। हम दर्दी इना क्लियर बेटा।